द सनसैट रीट्रीट। हाँ जी दोस्तों, स्वागत है तुहाडे अपने यूट्यूब चैनल पर। सो अज असीं पहुँच चुके हैं हिमाचल प्रदेश, जिन्हों की देव भूमि देवत्यां दी धरती भी कहा जाता है। उस धरती दे खूबसूरत शहर शिमला, शिमले की जिहड़ी असीं इस थां ते बैठे हाँ, ये शिमले तो 10 किलोमीटर अगे है। 10 किलोमीटर अगे है जिहदा नाम हैगा हैवकोट केव्स। 10 किलोमीटर अगे जरूर है, पर 10 किलोमीटर का जिहड़ा कि रास्ता है थोड़ा जिहा डेंजरस है। तुसीं अगे वीडियो च देखोगे, असीं तुहानूं थोड़े जे जिहड़े कि झलक दिखावांगे इस रस्ते की। सो मैं तो यही रैकमेंड करूँगा भी शिमले तक बेशक तुसीं अपनी कार व्हीकल लैके जरूर आ सकते हो, पर शिमले तो इत्थे तक आने लई तुसीं कोई टैक्सी कैब वगैरह जरूर करवा लिओ। जे तुसीं एक्सपर्ट ड्राइवर हो जां एक्सपर्ट ड्राइवर तुहाडे नाल है तां तुसीं आ सकते हो। सो ये सावधानी वरतनी बहुत जरूरी है। सो हैवकोट केव्स पहुँच चुके हैं। हैवकोट केव्स का जितों तक मैं अर्थ कढ़िया है कि हैवकोट केव्स भाव गुफावां, भारी गुफावां, ते इत्थे घर भी ने जिहड़े कि गुफा टाइप बने हुए ने, पर अंदरों लग्जरी टाइप जिहड़े कि घर ने सारे। बहुत सोहना दृश्य है, मेरे मुताबिक तो इहदा नाम हैवन होना चाहिए सीगा। हैवन भाव स्वर्ग, स्वर्ग बिल्कुल आले दुआले स्वर्ग जही धरती है, स्वर्ग जिहा मौसम है। तो मौसम अपनी जिहड़े कि अदा दिखाउंदा है, रंग बदलता है, किसी पहाड़ी ते धुप दिखदी है, किसी पहाड़ी ते छां दिखदी है, कितों बदलियां कोले आउंदियां ने, कितों बदलियां कोले नहीं आउंदियां। सो इत्थों तक असीं सफ़र करके इत्थों तक किवें पहुँचे हाँ, रस्ते दे विच की कुछ होया, वह असीं अगे तुहानूं दिखाउने आ। उम्मीद करदा ये ब्लॉग तुहानूं जरूर पसंद आऊगा। सो देखते हैं अगे की होया। केव, सॉरी डोमी च पैंदी है जिहड़ी कि उत्थे पहुंच चुके हैं।
ਪਹਾੜੀ ਏਰੀਆ ਜੋ ਕਿ ਅਸੀਂ ਬਹੁਤ ਉੱਚਾਈ ਤੱਕ ਆ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ। ਰਸਤਾ ਐਡਵੈਂਚਰ ਵਾਲਾ ਹੈ ਪਰ ਥੋੜ੍ਹਾ ਜਿਹਾ ਡੇਂਜਰਸ ਵੀ ਹੈ। ਕੇਵਸ ਦੀ ਜਿਹੜੀ ਕਿ ਪਾਰਕਿੰਗ ਵੀ ਅਵੇਲੇਬਲ ਹੈ। ਹਾਂਜੀ ਗਾਇਸ, ਅਸੀਂ ਪਹੁੰਚ ਚੁੱਕੇ ਹਾਂ ਹੇਮਕੁੰਟ। ਹਾਂਜੀ ਗਾਇਸ, ਅਸੀਂ ਪਹੁੰਚ ਚੁੱਕੇ ਹਾਂ ਹੇਮਕੁੰਟ ਕੇਵਸ। ਮੈਨੂੰ ਅਰਥ ਲੱਭੇ ਸੀਗੇ ਵੀ ਇਹਦਾ ਅਰਥ ਕੀ ਹੈ। ਇਹਦਾ ਅਰਥ ਤਾਂ ਇਹੀ ਹੈ ਸੀਗੇ ਭਾਰੀ ਗੁਫਾਵਾਂ। ਬਾਕੀ ਜਿਹੜੇ ਇੱਥੇ ਘਰ ਬਣੇ ਹੋਏ ਨੇ ਉਹ ਘਰ ਵੀ ਇੱਕ ਗੁਫਾ ਵਾਂਗੂ ਹੀ ਲੱਗਦੇ ਹੈ। ਬਹੁਤ ਸੋਹਣਾ ਦ੍ਰਿਸ਼ ਹੈ। ਰਸਤਾ ਫਿਲਹਾਲ ਥੋੜ੍ਹਾ ਡੇਂਜਰ ਸੀਗਾ ਪਰ ਵਿਊ ਬੜਾ ਅੱਛਾ ਹੈ। ਰਹਿਣ ਲਈ ਬਹੁਤ ਵਧੀਆ ਸਥਾਨ ਹੈ, ਸ਼ਾਂਤੀ ਮਿਲਦੀ ਹੈ ਮਨ ਨੂੰ ਇੱਥੇ ਆ ਕੇ। ਇੱਧਰ ਇਹਨਾਂ ਦਾ ਕਿਚਨ ਹੈ ਜਿੱਥੇ ਤੁਹਾਨੂੰ ਹਰ ਫੈਸਿਲਿਟੀ ਅਵੇਲੇਬਲ ਹੋਵੇਗੀ। ਇੱਕ ਤਰ੍ਹਾਂ ਨਾਲ ਸੁਰਗਾਂ ਨੂੰ ਜਾਂਦਾ ਰਸਤਾ ਹੇਮਕੁੰਟ ਕੇਵਸ ਦ ਮਿਸਟੀ ਮਾਊਂਟੇਨ। ਦ ਸਨਸੈਟ ਸਾਇੰਸ ਸੋਲੀਟਿਊਡ ਦਾ ਮਾਊਂਟੇਨ ਮਜੈਸਟੀ। ਸੋ ਇੱਥੇ ਚੇਅਰ ਲੱਗੀ ਹੋਈ ਹੈ ਜਿਸ ਚੇਅਰ 'ਤੇ ਬਹਿ ਕੇ ਅਸੀਂ ਆਲੇ ਦੁਆਲੇ ਪਹਾੜਾਂ ਦਾ ਆਨੰਦ ਮਾਣ ਸਕਦੇ ਹਾਂ। ਬਹੁਤ ਹੀ ਖੂਬਸੂਰਤ ਜਗ੍ਹਾ ਹੈ ਇਹ। ਸ਼ਿਮਲੇ ਤੋਂ ਤਕਰੀਬਨ 12 ਜਾਂ 10 ਕਿਲੋਮੀਟਰ ਅੱਗੇ ਆ ਕੇ ਹੈ। ਘੱਟੋ ਘੱਟ 10 ਕਿਲੋਮੀਟਰ ਦਾ ਰਸਤਾ ਬਹੁਤ ਵਧੀਆ ਹੈ ਪਰ 2 ਕਿਲੋਮੀਟਰ ਦਾ ਰਸਤਾ ਥੋੜ੍ਹਾ ਜਿਹਾ ਡੇਂਜਰਸ ਹੈ। ਉੱਥੇ ਲਈ ਇੱਕ ਵਧੀਆ ਪਰਪੱਕ ਡਰਾਈਵਰ ਦੀ ਹੀ ਲੋੜ ਹੈ। ਪਰ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਤੁਹਾਡਾ ਸਾਰਾ ਡਰ ਲਹਿ ਜਾਂਦਾ। ਇੰਝ ਪ੍ਰਤੀਤ ਹੁੰਦਾ ਜਿਵੇਂ ਸਵਰਗਾਂ ਦੇ ਵਿੱਚ ਆ ਗਏ ਹੋਵੋ।
ਸੋ ਇੱਥੋਂ ਵੀ ਤੁਸੀਂ ਸਨਸੈੱਟ ਦਾ ਨਜ਼ਾਰਾ ਲੈ ਸਕਦੇ ਹੋ। ਸੂਰਜ ਸਾਡੇ ਮੱਥੇ 'ਤੇ ਹੈ ਅਤੇ ਸ਼ਾਮੀ ਸੂਰਜ ਡੁੱਬਦੇ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਵਾਂਗੇ। ਕੈਂਪਸ ਵਿਲਾ ਨਾਂ ਦੀਆਂ ਨਾਂ ਦੀ ਇੱਕ ਸਾਈਟ ਹੈ ਜਿੱਥੋਂ ਅਸੀਂ ਔਨਲਾਈਨ ਚੈੱਕ ਕੀਤਾ ਸੀਗਾ। ਇਹਨਾਂ ਦੇ ਕਾਫੀ ਥਾਵਾਂ ਨੇ ਦੇਖਣ ਯੋਗ ਨੇ, ਤੁਸੀਂ ਸਾਈਟ ਤੋਂ ਵਿਜ਼ਿਟ ਕਰ ਸਕਦੇ ਹੋ। ਸੋ ਰੂਮ ਦੀ ਗੱਲ ਕਰੀਏ ਤਾਂ ਵਧੀਆ ਬੈੱਡਰੂਮ, LCD, ਪੰਜਾਬੀ ਗਾਣੇ, AC ਅਤੇ ਇੱਥੋਂ ਤੁਸੀਂ ਬਿਲਕੁਲ ਬਾਹਰਲਾ ਦ੍ਰਿਸ਼ ਦੇਖ ਸਕਦੇ ਹੋ। ਇਹ ਸਭ ਤੋਂ ਅੱਛੀ ਜਗ੍ਹਾ ਲੱਗੀ। ਸੋ ਦੋਸਤੋ, ਇਹ ਹੈਵਕੋਟ ਕੇਵਸ, ਬਹੁਤ ਸੋਹਣਾ ਘਰ ਬਣਿਆ ਹੋਇਆ, ਇੱਕ ਗੁਫਾ ਦੀ ਤਰ੍ਹਾਂ ਘਰ ਬਣਾਇਆ ਹੋਇਆ, ਪਰ ਅੰਦਰੋਂ ਆਉਂਦੇ ਹਾਂ ਤਾਂ ਇੱਕ ਸ਼ਾਨਦਾਰ ਲਗਜ਼ਰੀ ਰੂਮ ਜਿਹੜਾ ਕਿ ਸਾਨੂੰ ਦਿਖਾਈ ਦਿੰਦਾ। ਸੋ ਇਹ ਹੈ ਇੱਥੋਂ ਬਾਹਰਲਾ ਦ੍ਰਿਸ਼ ਜਿੱਥੋਂ ਅਸੀਂ ਮਾਊਂਟੇਨ ਪਰਬਤਾਂ ਦਾ, ਪਹਾੜਾਂ ਦਾ ਵਿਊ ਦੇਖ ਸਕਦੇ ਹਾਂ। ਅਤੇ ਬਹੁਤ ਸਾਫ਼ ਸਫਾਈ ਹੈ, ਕੋਈ ਐਵੇਂ ਨਹੀਂ ਲੱਗਦਾ ਵੀ ਇੰਨਾ ਹਾਈਜੀਨਿਕ ਚੀਜ਼ ਹੈ। ਇੱਥੇ ਹਰ ਇੱਕ ਫੈਸਿਲਿਟੀ ਅਵੇਲੇਬਲ ਹੈ, ਤੁਸੀਂ ਇੱਥੇ ਅੱਗੇ ਵਿਜ਼ਿਟ ਕਰ ਸਕਦੇ ਹੋ, ਇੰਝ ਲੱਗਦਾ ਵੀ ਦੂਜੇ ਸਵਰਗ ਦੇ ਵਿੱਚ ਆ ਚੁੱਕੇ ਹੋ। ਸੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ। ਬਾਕੀ ਇੱਥੇ ਕੀ ਖਾਸੀਅਤ ਹੈ, ਮੌਸਮ ਕਿਵੇਂ ਰੰਗ ਬਦਲਦਾ, ਕੋਸ਼ਿਸ਼ ਕਰਾਂਗੇ ਅਗਲੇ ਵਲੌਗ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰੀਏ। ਉਦੋਂ ਲਈ ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ ਅਤੇ ਆਜ਼ਾਦ ਰਹੋ।